ਕੱਲ ਤੱਕ ਪਟਿਆਲੇ ਦੇ ਵਿੱਚ ASI ਦਾ ਹੱਥ ਵੱਢਣ ਵਾਲਿਆਂ ਦੀ ਅੱਜ ਚਾਲ ਪਿਕੜ ਚੁੱਕੀ ਹੈ। ਇਹ ਤਸਵੀਰਾਂ ਨੇ ਪਟਿਆਲਾ ਦੇ ਵਿੱਚ ਕੋਰਟ ਪੇਸ਼ੀ ਦੇ ਦੌਰਾਨ ਦੀਆਂ ਤੁਸੀਂ ਦੇਖ ਸਕਦੇ ਹੋ। ਕੋਈ ਵੀਲ ਚੇਅਰ ਤੇ ਹੈ ਤੇ ਕਿਸੇ ਕੋਲੋਂ ਤੁਰ ਨਹੀਂ ਹੋ ਰਿਹਾ। ਇਹ ਤਸਵੀਰਾਂ ਉਹਨਾਂ ਆਰੋਪੀਆਂ ਦੇ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।